निमाना हो निमाना सतगुर आगे Oh, oh, oh.
जगत
सगले बिरथा
हो पंडित हो चतुर सियाना मत मान करे हो पंडित हो चतुर सियाना और नेहार ना बुझे बिगाना बर्तन खाली लेके जाएगा खाली पाटा फिर आखेगा ना इन कुछ पा दे जगत भिखारी फिरता है जगत भिखारी फिरता है सब को दाता राम ते कदी वेख्या भिखारी ने अपना कचकौर भांडा बर्तन रुपया नाल पैसों नाल भरिया होया दिखा के किसी को आख्या होवे इहदे विच दान पा दे वो कहिंदा अगे ही बहुत है होर की गुरु कोल जे आके तू आखेगा मैं कुछ जानना ते आखेगा मेरे को क्यों आया है पिछले दिन एक टॉपिक आया कि गुरु आने सियाना करता है मसला इस मेरे राम हम बारिक हर प्रभ के हैं आने धन धन गुरु गुर सतगुरु पांदा जिन हर उपदेश दे किए सियाने तेरे आखे मैं सियाने ही आया मैं बहुत कुछ जानना इंदा नाम होए जिस दिन गुरु दे कोल आके तू ये साबित कीता ना मैं भी कुछ जानना समझ लै रहमत दे दरवाजे बंद हो गए तू जानना ये इत्थे की लैना है इत्थे तां याना बन के आ ताकि गुरु अपना फर्ज समझ के तैनू सियाना करे जिहड़ी सियाणप तेरे कोल ना वो इत्थे परवान नहीं पर दुखांत है मनुख अपनी हौ
ਕੌਣ ਨਹੀਂ ਛੱਡ ਸਕਦਾ। ਮੇਰੇ ਤੇ ਮੇਰੇ ਰੱਬ ਦੇ ਦਰਮਿਆਨ ਵਿੱਚ ਜੇ ਕੋਈ ਦੂਰੀ ਹੈ ਤਾਂ ਆ ਹੈ। ਮੈਂ ਰੋਜ਼ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਉਹਨੂੰ ਸਿਮਰਨ ਆਖ ਕੇ ਕਈ ਕਈ ਘੰਟੇ ਬਿਤਾਉਣਾ, ਫਿਰ ਵੀ ਮੇਰਾ ਤੇ ਮੇਰੇ ਰੱਬ ਦਾ ਮਿਲਾਪ ਕਿਉਂ ਨਹੀਂ ਹੋ ਰਿਹਾ। ਮਨੁੱਖ ਵਿੱਚ ਦੁੱਖਾਂ ਤੇ ਹੈ ਕਿ ਜੇ ਮਿਲਾਪ ਨਹੀਂ ਹੋ ਰਿਹਾ ਨਾ ਤਾਂ ਉਹਦੇ ਨਾਲ ਇਹ ਉਲਟਾ ਇਹ ਸਮਝਣ ਲੱਗ ਪਿਆ ਰੱਬ ਹੈ ਹੀ ਨਹੀਂ। ਇਹ ਨਹੀਂ ਸੋਚ ਰਿਹਾ ਕਿ ਇਸ ਨਾ ਮਿਲਾਪ ਦਾ ਕਾਰਨ ਮੈਂ ਆਪ ਖੁਦ ਹਾਂ। ਪ੍ਰਭੂ ਨਹੀਂ ਮਿਲ ਰਿਹਾ ਸਮਝ ਕੇ ਪ੍ਰਭੂ ਹੈ ਨਹੀਂ, ਇਸ ਲਈ ਨਹੀਂ ਮਿਲ ਰਿਹਾ। ਮਨੁੱਖ ਇਹ ਸੋਚੀ ਪੈ ਗਿਆ ਰੱਬ ਹੁੰਦਾ ਤੇ ਜ਼ਰੂਰ ਮਿਲਦਾ, ਰੱਬ ਤੇ ਹੈ ਹੀ ਕਿਸੇ ਲਈ ਤਾਂ ਦਿਸਦਾ ਨਹੀਂ। ਹੁਣ ਗੁਰੂ ਕਹਿੰਦਾ ਇਹ ਨਹੀਂ ਕਿ ਰੱਬ ਹੈ ਨਹੀਂ ਇਸ ਲਈ ਨਹੀਂ ਦਿਸਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀਆਂ ਕਈ ਕੁੰਡੀਆਂ ਦੁੱਖਾਂ ਦੀਆਂ ਖੋਲਦੇ। ਗੁਰੂ ਕਹਿੰਦੇ ਕਿਤੇ ਇਹ ਨਾ ਸਮਝ ਨਹੀਂ ਰੱਬ ਹੈ ਹੀ ਨਹੀਂ ਇਸ ਲਈ ਨਹੀਂ ਮਿਲਦਾ, ਇਸ ਲਈ ਨਹੀਂ ਦਿਸਦਾ। ਜਿਹੜਾ ਦਿਸਦਾ ਨਹੀਂ ਉਹ ਕਾਹਦਾ ਰੱਬ ਹੈ। ਉਹ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਰੱਬ ਹੈ ਨਹੀਂ ਇਸ ਲਈ ਨਹੀਂ ਦਿਸਦਾ, ਬਲਕਿ ਇਹ ਸਮਝ ਨਾਨਕ ਸੇ ਤੇ ਜਿਹੜੀਆਂ ਅੱਖਾਂ ਨਾਲ ਰੱਬ ਦਿਸਦਾ ਉਹ ਤੇਰੇ ਕੋਲ ਹੈ ਨਹੀਂ। ਗੁਰੂ ਕਹਿੰਦੇ ਲੋਈ ਦਾ ਭਾਵ ਲੁਕਾਈ ਦੁਨੀਆਂ। ਇਹ ਅੱਖਾਂ ਜਿਹੜੀਆਂ ਨੇ ਕਿਉਂਕਿ ਕੁਦਰਤ ਦਾ ਲੁਕਾਈ ਦਾ ਹਿੱਸਾ ਨੇ, ਇਸ ਲਈ ਲੋਕਾਂ ਨੂੰ ਦੇਖ ਸਕਦੀਆਂ, ਲੋਕਾਂ ਨੂੰ ਦੇਖ ਸਕਦੀਆਂ ਤੇ ਲੋਕਾਂ ਨੂੰ ਵੇਖ ਕੇ ਸੰਤੁਸ਼ਟਤਾ ਨਹੀਂ ਹੁੰਦੀ। ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਭਾਈ ਗੁਰਦਾਸ ਕਹਿੰਦੇ ਤੇ ਉਹ ਅੱਖਾਂ ਤੇਰੇ ਕੋਲ ਹੈ ਨਹੀਂ ਜਿਨ੍ਹਾਂ ਨਾਲ ਰੱਬ ਦਿਸਦਾ। ਤੂੰ ਕਹਿੰਦਾ ਕੋਲੇ ਰੱਬ ਹੀ ਹੈ ਨਹੀਂ, ਸਭਾ ਲੱਗੀ ਪਰਿਵਾਰ ਇਕੱਠਾ ਹੋਇਆ, ਕਿਸੇ ਨੇ ਆਖਿਆ ਕਦੀ ਸੂਰਜ ਵੇਖਿਆ ਜੋ, ਕਹਿੰਦਾ ਕਿਹੜਾ ਸੂਰਜ ਦੀ ਗੱਲ ਕਰਨਾ, ਸੂਰਜ ਤੇ ਹੈ ਹੀ ਨਹੀਂ, ਕਿਹੜੇ ਸੂਰਜ ਦੀਆਂ ਗੱਲਾਂ ਕਰਨ। ਉਹਨੂੰ ਨੂੰ ਜੇ ਸੂਰਜ ਨਾ ਦਿਸੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਸੂਰਜ ਹੈ ਨਹੀਂ। ਕਹਿਣ ਲੱਗੇ ਆਪਣੀਆਂ ਅੱਖਾਂ ਵਾਲੇ ਵੇਖ, ਤੇਰੇ ਕੋਲ ਅੱਖਾਂ ਹੈ ਨਹੀਂ। ਸੁਰਤ ਕਰੇ ਨਾਨਕ ਕਹੇ ਸੇ
ਮਨੁੱਖ ਆਪਣੀ ਕਮਜ਼ੋਰੀ ਨਹੀਂ ਪਛਾਣਦਾ, ਆਪਣੀ ਘਾਟ ਵੱਲ ਨਿਗਾਹ ਨਹੀਂ ਦਿੰਦਾ। ਆਪ ਤਾਂ ਰੱਬ ਹੀ ਹੈ ਨਹੀਂ, ਗੁਰੂ ਹੈ ਨਹੀਂ। ਕਹਿੰਦਾ ਮੈਂ ਤੇ ਜ਼ਰੂਰ ਦੇਖ ਸਕਦਾ, ਰੱਬ ਦਿਸਦਾ ਹੀ ਨਹੀਂ। ਇਹ ਵੀ ਕਹੋ ਮੈਂ, ਇਹ ਵੀ ਕਹੋ ਮੈਂ ਕਿ ਮਨੁੱਖ ਆਪਣੀ ਕਮਜ਼ੋਰੀ ਨੂੰ ਨਾ ਪਛਾਣ ਸਕੇ। ਤੇ ਜਿਸ ਦਿਨ ਆਪਣੀ ਹੋਂ ਲੈ ਕੇ ਇੱਥੇ ਆਵੇਗਾ ਨਾ, ਵਿਸ਼ਵਾਸ ਕਰੀ ਦਰਵਾਜ਼ਾ ਬੰਦ ਹੋਏਗਾ। ਉਹ ਅੱਗੇ ਗੱਲ ਰਹਿਣ ਕੀ ਹੈ, ਉਹ ਤੇ ਕਹਿਣਾ ਮੇਰੇ ਕੋਲ ਪੜ ਰਹੀ ਭਰਿਆ ਹੋਇਆ ਗੁਰੂ ਨੇ ਬਾਣੀ ਅੰਦਰ, ਕਿਉਂਕਿ ਹਰ ਗੱਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਮੈਂ ਤਾਂ ਇਸੇ ਲਈ ਇੱਕ ਗੱਲ ਅਰਜ਼ ਕਰਾਂ, ਮੇਰੇ ਜੀਵਨ ਦੇ ਹਰ ਬੋਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਿਨਾਂ ਕੋਈ ਸਹਾਰਾ ਨਹੀਂ। ਜਿਹੜੇ ਲੋਕ ਵੀਰੇ ਆਖਦੇ ਨੇ ਨਾ, ਬਾਣੀ ਜਿੱਥੇ ਨੂੰ ਨਾ ਜਵਾਬ ਮਿਲੇ ਬਾਣੀ ਅੱਗੇ ਕਰ, ਉਹ ਭਲਿਆ ਮੇਰੇ ਕੋਲ ਬਾਣੀ ਹੈ, ਇਸ ਤੋਂ ਬਿਨਾਂ ਹੈ ਕੁਝ ਨਹੀਂ। ਗੁਰੂ ਜਵਾਬ ਦਿੰਦੇ ਰਸਨਾ ਤੋਂ, ਆਪਣੀ ਰਸਨਾ ਤੋਂ ਜਵਾਬ ਦਿੰਦਾ ਹੈ। ਕਹਿੰਦਾ ਰੱਬ ਹੈ ਤੈਨੂੰ ਨਹੀਂ ਦਿਸਦਾ, ਤਾਂ ਇਹਦਾ ਮਤਲਬ ਤੂੰ ਆਪਣੇ ਆਪ ਵੱਲ ਦੇਖ, ਕੋਈ ਕਮਜ਼ੋਰੀ ਤੇਰੇ ਦੇਖਣ ਵਿੱਚ ਹੈ। ਤੇ ਉਹ ਹੈ ਹਾਂ ਦੀ, ਕਿਉਂਕਿ ਅੱਗੇ ਤਾਂ ਹਰੀ ਆਵੇ। ਕੱਲ ਵੀ ਰਾਤ ਇੱਕ ਸ਼ਬਦ ਆਇਆ ਸੀ ਬਾਬਾ ਕਬੀਰ ਜੀ ਦੇ ਸ਼ਬਦ ਵਿੱਚ, ਉਹਦੇ 'ਚ ਲਫ਼ਜ਼ ਸਨ, ਉਹਦੇ 'ਚ ਐਗਜ਼ਾਮਪਲ ਦਿੰਦਿਆਂ ਮੈਂ ਇੱਕ ਗੱਲ ਕਹੀ ਸੀ, ਹਉਮੈ ਨਾਵੇਂ ਨਾਲ ਵਿਰੋਧ ਹੈ, ਹਉ ਤੇ ਹਰੀ ਇਕੱਠੇ ਨਹੀਂ ਰਹਿ ਸਕਦੇ। ਤੂੰ ਹੋ ਲੈ ਬੈਠਾ, ਹਰੀ ਕਿੱਥੇ ਦੱਸੇ? ਅੰਦਰ ਤਾਂ ਤੂੰ ਹੋ ਲੈ ਬੈਠਾ, ਤੇ ਹਉ ਨੇ ਹਰੀ ਨੂੰ ਤੈਨੂੰ ਆਪਸ ਵਿੱਚ ਦੂਰੀ ਪੈਦਾ ਕਰ ਦਿੱਤੀ, ਇੱਕ ਦੀਵਾਰ ਖੜੀ ਹੋ ਗਈ। ਬਾਣੀ ਕਹਿੰਦੀ, ਕਹਿੰਦੇ ਨੇ ਦੀਵਾਰ ਨੂੰ, ਰੱਬ ਤਾਂ ਦੂਰ ਨਹੀਂ ਦਿਸਦਾ ਵੀ ਹੈ, ਅਹਿਸਾਸ ਹੁੰਦਾ ਕਿ ਰੱਬ ਹੈ, ਪਰ ਕਿਹੜੀ ਅਜੀਬ ਗੱਲ ਹੈ, ਹਉ ਹਉ ਦੀ ਭੀਤ, ਹਉ ਹਉ ਦੀ ਦੀਵਾਰ ਦਰਮਿਆਨ ਵਿੱਚ ਖਲੋਤੀ ਹੈ, ਕੋਲ ਹੁੰਦੇ ਹੋਇਆ ਵੀ ਨਹੀਂ ਸੰਬੰਧ। ਗੁਰੂ ਨੇ ਬਾਣੀ ਵਿੱਚ ਇੱਕ ਥਾਂ ਵੀ ਆਖਿਆ, ਕਹਿਣ ਲੱਗੇ ਧਨ ਫਿਰ ਇੱਕ ਸੰਗ ਬਸੇਰਾ, ਧਨ ਦਾ ਗੁਣਵੰਤੀ ਇਸਤਰੀ ਦਾ ਤੇ ਉਹਦੇ ਪ੍ਰੀਤਮ ਦਾ ਇੱਕੋ ਘਰ ਵਿੱਚ ਇੱਕੋ ਥਾਂ ਤੇ ਬਸੇਰਾ ਟਿਕਾਣਾ, ਪਰ ਸੇਜ ਏਕ ਪੈ ਮਿਲਨ ਦੁਹੇਰਾ, ਇਕੱਠੇ ਰਹਿੰਦੇ ਆ, ਇਕੱਠੇ ਬਹਿੰਦੇ ਆ, ਸੌਂਦੇ ਆ, ਫਿਰ ਵੀ ਮਿਲਾਪ ਕੋਈ ਨਹੀਂ। ਕਿਉਂ ਮਿਲਾਪ ਨੇ? ਕਿਉਂਕਿ ਸੰਬੰਧ ਕੋਈ ਨਹੀਂ, ਬੋਲਚਾਲ ਕੋਈ ਨਹੀਂ। ਜੇ ਬੋਲਚਾਲ ਹੀ ਖਤਮ ਹੋ ਜਾਏ, ਇੱਕ ਸਮਝੋ ਬੋਲਚਾਲ ਉਦੋਂ ਖਤਮ ਹੁੰਦੀ ਹੈ ਜਦੋਂ ਅਸੀਂ ਇੱਕ ਦੂਜੇ ਦੀ ਬੋਲੀ ਨੂੰ ਸਮਝੀਏ ਨਾ, ਜਾਂ ਇੱਕ ਦੂਜੇ ਦੀ ਬੋਲੀ ਨੂੰ ਪਛਾਣੀਏ ਨਾ, ਜਾਂ ਇੱਕ ਦੂਜੇ ਦੀ ਬੋਲੀ ਨੂੰ ਬਰਦਾਸ਼ਤ ਨਾ ਕਰੀਏ, ਉਦੋਂ ਕੀ ਹੁੰਦਾ? ਗੁਰਬਾਣੀ ਦੀ ਇੱਕ ਤੁਕ ਹੈ, ਕਹਿੰਦੇ ਨੇ ਤੈ ਸੈ ਨਾਲ ਅਕੂਣਾ ਕਿਉਂ ਥੀ ਵੇ ਘਰਵਾਸ। ਅਕੂਣਾ ਦਾ ਮਤਲਬ ਹੁੰਦਾ ਹੈ ਬੋਲਚਾਲ ਖਤਮ, ਕੂਣਾ ਕਹਿੰਦੇ ਨੇ ਗੱਲ ਕਰਨੀ, ਤੂੰ ਮੇਰੇ ਨਾਲ ਕੂੰਦਾ ਨਹੀਂ ਲਹਿੰਦੇ ਦੀ ਬੋਲੀ। ਕੂੰਦਾ ਦਾ ਅਰਥ ਹੁੰਦਾ ਹੈ ਬੋਲਦਾ, ਤੂੰ ਮੇਰੇ ਨਾਲ ਕੂੰਦਾ ਨਹੀਂ ਬੋਲਦਾ ਨਹੀਂ। ਕਹਿਣ ਲੱਗੇ ਤੈ ਸਹਿ ਨਾਲ ਆਪਣਾ ਆੜਾ ਨਾਲ ਲਾਤਾ, ਹੁਣ ਬਣ ਗਿਆ ਨਾ ਬੋਲ ਚਾਲ, ਮਾਲਕ ਨਾਲ ਮੇਰਾ ਬੋਲ ਚਾਲ ਖਤਮ ਹੋ ਗਿਆ।
ਤੈਸੈ ਨਾਲ ਅਕੂਣਾ ਤੇ ਜਿੱਥੇ ਬੋਲਚਾਲ ਖਤਮ ਹੋ ਗਿਆ ਕਿੰਨੀ ਕੁ ਦੇਰ ਇਕੱਠੇ ਰਹੋਗੇ ਘਰ ਦਾ ਹੀ ਕੋਈ ਸਵਾਦ ਨਹੀਂ ਘਰ ਤੇ ਰਹਿਣ ਦਾ ਕੋਈ ਸੁੱਖ ਨਹੀਂ ਉਸ ਘਰ ਵਿੱਚ ਉਦਾਸੀ ਉਦਾਸੀ ਉਸ ਘਰ ਵਿੱਚ ਕਲੇਸ਼ ਹੀ ਕਲੇਸ਼ ਜਿੱਥੇ ਆਪਸ ਵਿੱਚ ਅਕੂਣਾ ਹੋ ਗਿਆ ਬੋਲਚਾਲ ਹੀ ਖਤਮ ਹੋ ਗਿਆ ਹੁਣ ਬੋਲਚਾਲ ਖਤਮ ਹੋਣ ਦਾ ਮਤਲਬ ਹੈ ਇੱਕ ਦੂਜੇ ਦੀ ਬੋਲੀ ਬਰਦਾਸ਼ਤ ਨਾ ਹੋਣੀ ਜਾਂ ਸਮਝਣੀ ਨਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਜੇ ਅਸੀਂ ਸਮਝੀਏ ਨਾ ਬਾਣੀ ਨੂੰ ਨਾ ਸਮਝੀਏ ਜਾਂ ਗੁਰਬਾਣੀ ਨੂੰ ਬਰਦਾਸ਼ਤ ਨਾ ਕਰੀਏ ਇਹ ਕੀ ਕਹਿੰਦੇ ਨੇ ਮੈਂ ਤਾਂ ਆਪ ਕਰਨਾ ਨਹੀਂ ਜੋ ਕੁਝ ਮੈਨੂੰ ਗੁਰੂ ਕਹਿੰਦਾ ਉਹ ਅਕੂਣਾ ਹੋ ਜਾਏਗਾ ਸਾਡਾ ਗੁਰੂ ਨਾਲ ਸੰਬੰਧ ਕਿਵੇਂ ਰਹੇਗਾ ਅਕੂਣਾ ਹੋ ਜਾਏਗਾ ਤੇ ਫਿਰ ਗੁਰੂ ਦਾ ਰਿਸ਼ਤਾ ਖਤਮ ਹੋ ਗਿਆ ਗੁਰੂ ਕਹਿਣ ਲੱਗੇ ਤੈਸੈ ਨਾਲ ਅਕੂਣਾ ਕਿਉਂ ਥੀ ਵੇ ਘਰ ਵਾਸ ਮਸਲਾ ਇਹ ਸਾਡੀ ਰੱਬ ਨਾਲ ਹੋ ਗਈ ਧਨ ਫਿਰ ਇੱਕ ਹੈ ਸੰਗ ਬਸੇਰਾ ਸੇਜ ਇੱਕ ਰੁਪਏ ਮਿਲਣ ਹੋਏਗਾ ਹੁਣ ਰੱਬ ਤਾਂ ਇਸੇ ਕੁਦਰਤ ਵਿੱਚ ਹੈ ਇਸੇ ਜੱਗ ਵਿੱਚ ਹੈ ਤੇ ਮੈਂ ਵੀ ਇਸ ਜੱਗ ਵਿੱਚ ਹਾਂ ਪਰ ਮੇਰਾ ਤੇ ਰੱਬ ਦਾ ਮਿਲਾਪ ਕੋਈ ਨਹੀਂ ਕਿਉਂ ਕਿਉਂਕਿ ਰੱਬ ਦੀ ਪ੍ਰਭੂ ਦੀ ਬੋਲੀ ਮੈਂ ਨਹੀਂ ਸਮਝਦਾ ਮੇਰੀ ਬੋਲੀ ਪ੍ਰਭੂ ਨਹੀਂ ਸਮਝਦਾ ਟੁੱਟ ਗਏ ਨੇ ਉਹ ਕਿਉਂ ਟੁੱਟ ਗਏ ਨੇ ਕਿਉਂਕਿ ਇੱਥੇ ਮੈਂ ਹੋਂ ਲੈ ਕੇ ਆ ਗਿਆ ਤੇ ਰੱਬ ਹੋਂ ਦੀ ਬੋਲੀ ਨਹੀਂ ਸੁਣਦਾ ਕਹਿੰਦਾ ਜੇ ਤੂੰ ਬਹੁਤ ਕੁੰਝ ਹੈ ਤੇ ਜਾ ਆਪਣੇ ਘਰ ਹੋਵੇਗਾ ਕੁਝ ਕਰਕੇ ਦਿਖਾ ਗੁਰੂ ਕਹਿੰਦੇ ਨੇ ਹੋਂ ਹੋਂ ਵੀਤ ਬਾਇਓ ਹੈ ਵਿੱਚੋਂ ਮੇਰੇ ਤੇ ਮੇਰੇ ਰੱਬ ਦੇ ਦਰਮਿਆਨ ਵਿੱਚ ਮੇਰੇ ਤੇ ਮੇਰੇ ਗੁਰੂ ਦੇ ਦਰਮਿਆਨ ਵਿੱਚ ਹਾਂ ਹਾਂ ਦੀ ਭੀਤ ਦੀਵਾਰ ਖੜੀ ਹੋ ਗਈ ਇੱਕ ਹੋਰ ਸ਼ਬਦ ਵਿੱਚ ਹੈ ਤਿਖਾ ਤਿਹਾਇਆ ਤੇ ਕਿਉਂ ਰਹੇ ਜਾਂ ਸਾਰ ਪਿੱਤਰ ਪਾਲ ਹੁਣ ਦੂਰੀ ਦਾ ਮਸਲਾ ਪਿਆ ਨਹੀਂ ਸਰ ਕਹਿੰਦੇ ਨੇ ਤਲਾਬ ਨੂੰ ਤਲਾਬ ਪਾਣੀ ਦਾ ਨਕਾ ਨਕ ਭਰਿਆ ਹੋਵੇ ਤੇ ਕਿਸੇ ਪਿਆਸੇ ਨੂੰ ਪਿਆਸ ਵੀ ਲੱਗੀ ਹੋਵੇ ਵਿਚਾਰਾ ਤੜਪ ਰਿਹਾ ਹੋਵੇ ਪਾਣੀ ਦੀ ਬੂੰਦ ਬੂੰਦ ਪਿੱਛੇ ਪਰ ਉਸ ਪਿਆਸੇ ਦੇ ਤੇ ਉਸ ਤਲਾਬ ਦੇ ਦਰਮਿਆਨ ਵਿੱਚ ਭਾਵੇਂ 4 ਇੰਚ ਦੀ ਦੀਵਾਰ ਹੋਵੇ ਉਹਦੀ ਪਿਆਸ ਬੁੱਝ ਜਾਏਗੀ 4 ਇੰਚ ਦੀ ਦੀਵਾਰ ਹੈ ਇੱਕ ਪਾਸੇ ਤਲਾਬ ਭਰਿਆ ਹੋਇਆ ਪਾਣੀ ਦਾ ਦੂਜੇ ਪਾਸੇ ਪਿਆਸਾ ਹੈ ਉਹ ਪਿਆਸਾ ਤੜਪ ਰਿਹਾ ਪਾਣੀ ਦੀ ਬੂੰਦ ਭਰੇ ਹੋਏ ਤਲਾਬ ਵਿੱਚੋਂ ਵੀ ਉਹਨੂੰ ਨਸੀਬ ਨਹੀਂ ਹੋ ਰਹੀ ਕਿਉਂ ਕਿਉਂਕਿ ਦਰਮਿਆਨ ਵਿੱਚ ਕੋਈ ਦੀਵਾਰ ਹੈ ਤਿਹਾ ਤਿਹਾਇਆ ਕਿਉਂ ਲਹੇ ਜਾਂ ਸਰ ਭੀਤਰ ਪਾਲ ਕਹਿੰਦੇ ਨੇ ਇਹੋ ਹੀ ਹਾਲਤ ਮੇਰੀ ਤੇ ਮੇਰੇ ਰੱਬ ਦੀ ਹੋ ਗਈ ਸੀ ਰੱਬ ਬਖਸ਼ਣ ਦਾ ਭਰਿਆ ਹੋਇਆ ਤਲਾਬ ਹੈ ਗੁਰੂ ਉਪਦੇਸ਼ ਤੇ ਰਹਿਮਤਾਂ ਦਾ ਭਰਿਆ ਹੋਇਆ ਤਲਾਬ ਹੈ ਤੇ ਮੈਂ ਵੀ ਮਨ ਅੰਦਰ ਸੋਚਣਾ ਮੈਨੂੰ ਮਿਲਾਪ ਹੋ ਜਾਏ ਪਰ ਕਰਾਂ ਕਿ ਮੇਰੇ ਤੇ ਉਹਦੇ ਦਰਮਿਆਨ ਵਿੱਚ ਇੱਕ ਹਾਂ ਹਾਂ ਦੀ ਭੀਤ ਖੜੀ ਹੋ ਗਈ ਹਮੇ ਦੀ ਦੀਵਾਰ ਖੜੀ ਹੋ ਗਈ ਸਾਰੀ ਹਾਲਤ ਗੁਰੂ ਨੇ ਆਵਾਜ਼ ਦਿੱਤੀ ਕਹਿਣ ਲੱਗੇ ਭੋਲਿਆ ਹਮੇ ਸੁਦੋ ਭੋਲੇ ਕੇ ਮਨੁੱਖ ਕਿਉਂ ਤੜਪ ਰਿਹਾ ਹੈ ਕਿਉਂ ਬੁਰਾ ਹੋਇਆ ਹੈ ਹਮੇ ਦੀ ਸੁਰਤੀ ਕੱਢ ਲੈ ਦੁਕਾਨ ਤੇ ਕੀ ਹੋ ਗਿਆ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਆ ਕੇ ਜਦੋਂ ਆਪਣੀ ਹੋਂ ਖਿਲਾਰਨੇ ਹਨ ਸਮਝ ਲਓ ਅਸੀਂ ਗੁਰੂ ਦੀ ਬੇਅਦਬੀ ਕਰਨੇ ਹਾਂ ਬੇਅਦਬੀ ਇਹ ਨਹੀਂ ਜੋ ਅਸੀਂ ਦੇਖ ਰਹੇ ਹਾਂ ਕਿਸੇ ਨੇ ਪੱਤਰਿਆਂ ਦੀ ਬੇਅਦਬੀ ਕਰਤੀ ਕਿਸੇ ਉਹ ਵੀ ਬੇਅਦਬੀ ਹੈ ਅਸੀਂ ਉਸ ਬੇਅਦਬੀ ਤੋਂ ਵਿਰੋਧ ਕਰਨਾ ਹੈ ਚੌਕਸ ਰਹਿਣਾ ਪਰ ਉਦੋਂ ਵੀ ਵੱਡੀ ਬੇਅਦਬੀ ਹੈ ਜਿਹੜੀ ਅਸੀਂ ਰੋਜ਼ਾਨਾ ਕਰ ਰਹੇ ਹਾਂ ਗੁਰੂ ਦੇ ਕੋਲ ਆ ਕੇ ਕੋਲ ਬੈਠ ਕੇ ਗੁਰੂ ਦਾ ਕਨਸੈਪਟ ਨਾ ਮੰਨਣਾ ਇੱਥੇ ਆ ਕੇ ਕਹਿਣਾ ਜੀ ਨਹੀਂ ਤੇਰੇ ਨਾਲੋਂ ਮੈਂ ਵੱਡਾ ਜੋ ਕੁਝ ਮੈਂ ਕਹਿਣਾ ਉਹ ਹੋਣਾ ਚਾਹੀਦਾ ਮੈਂ ਐਗਜ਼ਾਮਪਲ ਵਜੋਂ ਨਾ ਚਾਹਦੇ ਹੋਇਆ ਮੇਰੇ ਸਾਹਮਣੇ ਆ ਜਾਂਦਾ ਮਸਲਾ
ਅੱਜਕੱਲ ਕਿਉਂਕਿ ਇਹ ਸੋਸ਼ਲ ਮੀਡੀਆ ਨੇ ਬਹੁਤ ਕੁਝ ਸਾਹਮਣੇ ਲੈ ਆਉਂਦਾ, ਹੁਣ ਬਹੁਤਾ ਕੁਝ ਸੰਸਾਰ ਦਾ ਛੁਪਿਆ ਹੋਇਆ ਨਹੀਂ ਰਹਿੰਦਾ, ਪਲਾਂ ਵਿੱਚ ਸਾਹਮਣੇ ਆ ਜਾਂਦਾ। ਜ਼ਿੰਦਗੀਆਂ ਸਾਂਝੀਆਂ ਕਰਤੀਆਂ, ਦੇਖਣਾ ਇੱਕ ਦੂਜੇ ਨੂੰ ਬੜਾ ਆਸਾਨ ਹੋ ਗਿਆ। ਅੱਜਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਇੱਥੋਂ ਤੱਕ ਸੁਣ ਸਕਦੇ ਹੋ, ਦੇਖ ਸਕਦੇ ਹੋ। ਮੈਂ ਕਿਸੇ ਦਾ ਜ਼ਾਤੀ ਵਿਰੋਧੀ ਨਹੀਂ, ਇਸ ਲਈ ਮੈਂ ਚਾਹੁੰਦਾ ਹੁੰਦਾ ਵੀ ਮੇਰੇ ਜ਼ਬਾਨ 'ਤੇ ਕਿਸੇ ਦਾ ਨਾਮ ਨਾ ਆਵੇ, ਪਰ ਕਨਸੈਪਟ ਜਿਹੜਾ ਹੈ ਉਹ ਅਸੀਂ ਜ਼ਰੂਰ ਸਮਝਣਾ। ਦੇਖ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਹੋਵੇ, ਗੁਰੂ ਦਾ ਪ੍ਰਕਾਸ਼ ਕੋਲ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਜੀਵਨ ਦੀ ਮਰਿਆਦਾ, ਮਰਿਆਦਾ ਜਿਹੜੀਆਂ ਪਿਰਤਾਂ 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 ਦਾ ਅਰਥ ਹੀ ਮਰਿਆਦਾ ਹੈ। ਪਿਰਤ ਪਾਉਣੀ ਕੀ ਹੈ? ਕੋਈ ਮਰਿਆਦਾ ਕਾਇਮ ਕਰਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਮਨੁੱਖੀ ਜੀਵਨ ਦੀਆਂ ਪਿਰਤਾਂ ਦਾ ਇੱਕ ਸੰਗ੍ਰਹਿ ਹੈ। ਮਰਿਆਦਾ ਜੀਵਨ ਦੀ ਕੀ ਹੈ? ਇੱਕ ਪੁਰਾਣੀ ਹੋ ਗਈ ਕਿ ਸਾਨੂੰ ਨਵੀਂ ਮਰਿਆਦਾ ਦੀ ਲੋੜ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਪੱਕਦੀ ਪੁਰਾਣੀ, ਸਾਡੀਆਂ ਚੀਜ਼ਾਂ ਪੁਰਾਣੀਆਂ ਹੋ ਸਕਦੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ। ਕੁਝ ਬੜੇ ਪੁਰਾਣੀ ਗੱਲ, 15-20 ਸਾਲ ਪੁਰਾਣੀ ਗੱਲ ਹੈ। ਵੈਨਕੂਵਰ ਗਿਆ ਮੈਂ, ਅਗੀ ਬੀਤੀਆਂ ਮੈਂ ਕੀਤੀ ਹੋ ਸਕਦੀਆਂ ਕਰਨਾ। ਉੱਥੇ ਹੁਣ ਦਿਨਾਂ ਅੰਦਰ ਕੋਈ ਸਾਧ ਆਇਆ ਹੋਇਆ ਸੀ, ਉਹਨੇ ਆਪਦਾ ਨਾਮ ਸਤ ਗੁਰਦੇਵ ਸਿੰਘ ਰੱਖਿਆ ਹੋਇਆ ਸੀ। ਭਾਈ ਤੁਸੀਂ ਤੁਹਾਡੇ ਤੱਕ ਗੱਲ ਪਹੁੰਚ ਜਾਓਗੇ, ਇਹ ਵੈਨਕੂਵਰ ਦੀ ਗੱਲ ਹੈ, ਕਈ ਸੱਜਣ ਜਾਣਦੇ ਨੇ। ਉਹਨੇ ਆਪਦਾ ਨਾਮ ਸਤ ਗੁਰਦੇਵ ਸਿੰਘ ਰੱਖਿਆ ਹੋਇਆ ਸੀ, ਬੜਾ ਪਖੰਡ ਚੱਲ ਗਿਆ। ਮੈਂ ਉਹਨਾਂ ਦਿਨਾਂ ਅੰਦਰ ਉੱਥੇ ਗਿਆ, ਕਿਸੇ ਨੇ ਲਿਆ ਕੇ ਮੈਨੂੰ ਦਿੱਤਾ ਵੀ ਆਹ ਦੇਖੋ ਗ੍ਰੰਥ ਵੰਡਿਆ ਜਾ ਰਿਹਾ, ਕੋਈ ਗ੍ਰੰਥ ਉਹਨੇ ਆਪਣੀ ਰਚਨਾ ਦਾ ਬਣਾਇਆ ਹੈ। ਔਰ ਉਸ ਗ੍ਰੰਥ ਦੇ ਆਰੰਭ ਵਿੱਚ ਇਹ ਗੱਲ ਸੀ ਕਿ ਮੈਨੂੰ ਨਿਰੰਕਾਰ ਨੇ ਹੁਕਮ ਕੀਤਾ, ਸਤ ਗੁਰਦੇਵ ਸਿੰਘ ਮੈਂ ਤੇਰੇ ਤੋਂ ਪਹਿਲਾਂ ਗੁਰੂ ਨਾਨਕ ਨੂੰ ਭੇਜਿਆ ਸੀ, ਉਹਨੇ ਵੀ ਬਾਣੀ ਰਚੀ ਪਰ ਹੁਣ ਉਹ ਬਾਣੀ ਪੁਰਾਣੀ ਹੋ ਗਈ। ਇਹ ਲਫ਼ਜ਼ ਆਰੰਭ ਵਿੱਚ ਲਿਖਿਆ ਹੋਇਆ, ਉਹ ਗ੍ਰੰਥ ਅਜੇ ਮੇਰੇ ਕੋਲ ਇੰਡੀਆ ਪੰਜਾਬ ਪਿਆ ਹੈ, ਮੇਰੀ ਲਾਇਬ੍ਰੇਰੀ 'ਚ। ਉਹਦੇ 'ਤੇ ਲਿਖਿਆ ਹੋਇਆ ਹੈ ਗੁਰਦੇਵ ਸਤ ਗੁਰਦੇਵ ਸਿੰਘ ਗੁਰੂ ਨਾਨਕ ਦੀ ਰਚਨਾ, ਉਹ ਬਾਣੀ ਹੁਣ ਪੁਰਾਣੀ ਹੋ ਗਈ, ਹੁਣ ਤੂੰ ਨਵੇਂ ਸਿਰੇ ਬਾਣੀ ਰਚ। ਇਹ ਗ੍ਰੰਥ ਮੈਂ ਤੁਹਾਡੇ ਸਾਹਮਣੇ ਨਵੇਂ ਸਿਰੇ ਬਾਣੀ ਦਾ ਰੱਖ ਰਿਹਾ। ਉਪਰਯੋਗ ਗੁਰੂ ਨਾਨਕ ਤਾਂ ਆਖਦੇ ਵੀ ਬਾਣੀ ਮੇਰੀ ਹੈ, ਉਹ ਤਾਂ ਆਖਦਾ ਜੈਸੀ ਮੈਂ ਆਵੈ ਖਸਮ ਕੀ ਬਾਣੀ। ਤੇ ਖਸਮ ਦੇ ਸੰਬੰਧ ਵਿੱਚ ਉਹ ਵੀ ਸਪਸ਼ਟ ਕਰਦਾ ਕਿ ਸਾਹਿਬ ਮੇਰਾ ਨਿੱਤ ਨਵਾਂ, ਉਹ ਕਦੀ ਪੁਰਾਣਾ ਹੁੰਦਾ ਨਹੀਂ। ਸਾਹਿਬ ਨਿੱਤ ਨਵਾਂ, ਉਹ ਪੁਰਾਣਾ ਹੁੰਦਾ ਨਹੀਂ। ਤੇ ਉਹਦੀ ਬਾਣੀ ਉਹਦੇ ਫੈਸਲੇ ਨੇ, ਮੇਰਾ ਫੈਸਲਾ ਕੋਈ ਨਹੀਂ, ਗੁਰੂ ਨਾਨਕ ਆਖ ਰਿਹਾ। ਹੁਣ ਵੀ ਸ਼ਬਦ ਜਿਹੜਾ ਤੁਹਾਨੂੰ ਸਾਂਝਾ ਕਰਦੇ, ਇਹਦੀ ਆਖਰੀ ਤੁਕ ਵੇਖਣੀ ਹੈ। ਇਹੋ ਕਹੇ ਨਾਨਕ, ਸਪਸ਼ਟ ਲਫ਼ਜ਼ ਹੈ, ਗੁਰੂ ਨਾਨਕ ਇਹੋ ਕਹਿੰਦਾ ਹੈ। ਆਓ ਭਜੋ ਬਾਣੀ ਸਮਝੀਏ, ਲਫ਼ਜ਼ ਨੇ ਇਹੋ ਕਹੇ ਨਾਨਕ, ਗੁਰੂ ਨਾਨਕ ਕਹਿੰਦਾ ਕਹਿੰਦਾ ਕੀ ਹੈ? ਆਪ ਛੱਡ ਸੁਖ ਪਾਵੇ, ਉਹ ਭਰਿਆ ਆਪਾਂ ਮਿਟਾ ਹੋ ਅੰਦਰੋਂ ਕੱਢ, ਇਹ ਸੁਖੀ ਹੋਣਾ। ਇੱਥੇ ਗੁਰੂ ਦੇ ਸਾਹਮਣੇ ਨਿਮਾਣਾ ਹੋ ਕੇ ਬਹਿ, ਅੱਜ ਹੀ ਮੈਂ ਕੁਝ ਨਹੀਂ ਜਾਣਦਾ, ਮੈਂ ਕੁਝ ਨਹੀਂ ਜਾਣਦਾ। ਸਾਂਝੀ ਗੱਲਾਂ ਤਾਂ ਦੱਸਾਂ ਨਹੀਂ ਕਹਿੰਦੇ ਨੇ, ਆਮ ਜੀਵਨ ਦੀਆਂ। ਕਈ ਲੋਕ ਮੈਨੂੰ ਵੀ ਕਹਿੰਦੇ ਨੇ ਖੌਰੇ ਇਹਨੇ ਕੋਈ ਆਪਣੀ ਮਰਿਆਦਾ ਚਲਾਈ ਹੈ, ਬਿਲਕੁਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੁਹਾਡੇ ਨਾਲ ਵਚਨ ਕਰਨਾ, ਆ ਕੇ ਮੇਰੇ ਨਾਲ ਬੈਠ ਕੇ ਵਿਚਾਰ ਕਰਕੇ ਇਹ ਸਾਬਤ ਕਰਦੇ ਹੋ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਟ ਹੋਇਆ, ਮੈਂ ਛੱਡ ਦਿਆ। ਵਾਹਿਗੁਰੂ।
ਉਹ ਕੁਝ ਕਰਨਾ ਚਾਹੁੰਦਾ ਜੋ ਮੈਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ। ਹਾਂ ਇਹ ਗੱਲ ਜ਼ਰੂਰ ਕਹਿਣਾ ਕਿ ਹੋਰ ਗ੍ਰੰਥਾਂ ਹੋਰ ਪੰਥਾਂ ਹੋਰ ਵਿਅਕਤੀਆਂ ਦੇ ਫੈਸਲੇ ਮੈਨੂੰ ਮਨਜ਼ੂਰ ਨਹੀਂ, ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਸਿੱਖ ਹਾਂ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੇਰੇ ਸਾਹਮਣੇ ਲਿਆ ਕੇ ਸਾਂਝੀ ਕਰ ਦਿਉ, ਜਿਹੜੀ ਅਨੁਕੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਹੋਵੇਗੀ ਮੈਂ ਉਸੇ ਛੱਡਾਂਗਾ। ख्याल करियो सानू गुरु के सामने एक गल मननी पड़ेगी। गुरु नानक ने आख्या यो कहे नानक आप छड सुख पावे, ते सुखी होना है तो आप छड दे कि मैं भी कुछ कर सकना होन मान सतगुर आगे मत किछ आप लिखावे किते वेखी भुल भुलेखे भी इहना आखी मेरे गुरु दा कीता होया कुछ गलत है मैं नहीं कुछ कर सकना। बड़े सामने एग्जाम्पल रखना चाहता अज भी तुसी सोशल मीडिया ते देख सकते हो श्री गुरु ग्रंथ साहब दा प्रकाश होवे उत्थे कोल बैठ के ये साबित किया जाए और फिर कोल बैठ के बाणी नहीं पढ़ी जा रही, गुरबाणी का कीर्तन नहीं हो रहा, बल्कि अपनी मनघड़त धारना बना के पढ़िया जा रहा है। तो पढ़िया की जा रहा है कुंडली जात नहीं करते, पढ़िया की जा रहा है श्री गुरु ग्रंथ साहब की हजूरी में कोल बैठे हैं कि अख खोल जवाना वेखी तू असी नवीं पिरतं पावांगे, ये धारना पढ़ी जा रही है। अख खोल जवाना वेखी तू असी नवीं पिरतं पावांगे है श्री गुरु ग्रंथ साहब की हजूरी आप भी पढ़ रहे। मैं हैरानगी की होर दुख वाली गल है कि लोग भी पढ़ी जाते हैं नाल धारना श्री गुरु ग्रंथ साहब के जिस दरबार में बैठा है उनकी पाई हुई कोई पिरत उनकी बनाई हुई कोई मर्यादा पुरानी है हम तो नवी बनाएगा। बैठा श्री गुरु ग्रंथ साहब के कोल ते बजाय गुरबाणी दे ये धारना पढ़ रहे हैं और हजारों की तादाद में लोग बैठे यही धारना पढ़ी जाते अख खोल जवाना वेखी तू असी नवीं पिरतों पावांगे, एडी वड्डी होमे गुरु के दरबार में भी असी कुछ नवा करके दिखावांगे अगे सब पुराना है। प्रेम ये श्री गुरु ग्रंथ साहब की बेअदबी है, असल बेअदबी ये है जेडे असी भी कर रहे हैं करन वाला भी कर रहे हैं ते सुन वाले भी कर रहे हैं। असल श्री गुरु ग्रंथ साहब की बेअदबी यह है कि गुरु साहब की हजूरी में कम से कम तुसी श्री गुरु ग्रंथ साहब का प्रकाश करना छड्ड दिओ, फिर तुसी आपदी नवी प्रेरणा की गल जिवें मर्जी कौम ना करी जाओ प्रकाश होवे श्री गुरु ग्रंथ साहब का ते उत्थे असी श्री गुरु ग्रंथ साहब की बाणी पढ़न की बजाय इह जिहियां धारना पढ़ीए दुनिया के जे जो नौजवान अखा खोल के देखी असी तेरे सामने नवी मर्यादा कायम करांगे नवी मैं रात भी अंश की थी। दुखां ते है कि नौजवान जेड़ा है वो ते चीज चाहता है जिंदे चो होवे ते गुमराह करके गुरु नालों रब नालों तोड़िया जा रहा है। कमजोरी साड़ी अपनी फिर असी आखने सानू गुरु किड़ा दिसदा है रब कह वेखो जी गुरु की हजूरी में गुरुद्वारा में आप हो रहे हैं गुरुद्वार के अंदर गोलकों की चोरी हो रही जे गुरु हो तो रोके ना जिन्हां दी वो अखां नहीं जिन्हां दे दिल अंदर वो शरदा ही नहीं जेडे गुरु की गुरु की वडियाई शक्ति नू जानदे ने वो उत्थे गुनाह करदे ही नहीं तो गुरु नालों टुटे हुए लोग ने जेड़े गुरु की वडियाई नहीं जानते वो रब नालों टुटे हुए लोग ने जेड़े रब की वडियाई नहीं जानते। पर दुखांत यह है कि रब दे ते गुरु दे नां ते भेख बना के ते गुरु की हजूरी विच गुरु की बेअदबी हो रही है लोग कह रहे हैं सुन रहे हैं। एक ख्याल करो गुरु ने यो गल बाणी विच बेपरवाही नाल आखी है आखे पर जे सुखी रहना है तो गुरु के सामने खलो के आओ ना करें
हो भीत भयो है बेचो सूत देश निकटायो रब सुने ओ नेड़े है गुरु सुने के गुरु मेरे संग सदा है नाले बिल्कुल नेड़े है पर है कि हो भीत भयो है बेचो मेरे ते उनके दरम्यान विच एक हों दी हंकार दी अभिमान दी हों मैं दी इन्नी वड्डी दीवार खड़ी हो गई है ना मैनू गुरु दिसदा ना मैनू रब दिसदा मैनू केवल अपना आप दिसदा है हालांकि गुरु एक आखदा तू दुखी इसलिए है संसार दे दुखां दा इलाज तू अपने आप दी हों कायम करके नहीं कर सकेगा अपनी हों छंड के कर सकेगा गुरु आखदा है संभाल के खलोती है मैं गलती नहीं मैं डुबती नहीं इत परवान नहीं परे हो जाते श्री गुरु जे अपनी होने की गल करनी है भी तुसी कुछ कर सकते हो संसार बदल सकते हो नवीं किरत पाओ भाई कोई हर्ज नहीं श्री गुरु ग्रंथ साहब के प्रकाश छड़ दो फिर जो मर्जी कह जाओ गुरु की बेअदबी ना करो और जेडे सुनने वाले वीर ने उन्हां कोल भी एक गल पहुंचाना चाहना गुरु की बेअदबी में शामिल ना हो जे श्री गुरु ग्रंथ साहब के दरबार में बैठो तो अपनी हों छड़ के बैठो कि असी कुछ नहीं हों किछ नाही एक है तो ही
ਇੱਥੇ ਸਹੁੰ ਛੱਡਣੀ ਹੈ, ਇੱਥੇ ਮਾਨ ਹੰਕਾਰ ਛੱਡਣਾ ਹੈ, ਇੱਥੇ ਨਿਮਰਤਾ ਨਾਲ ਹੀ ਕੁਛ ਮਿਲਣਾ ਹੈ, ਹੰਕਾਰ ਨਾਲ ਨਹੀਂ। ਸਤਿਗੁਰੂ ਬਖਸ਼ਿਸ਼ ਕਰੇ। ਭਾਈ ਗੁਰਦਾਸ ਜੀ ਨੇ ਲਿਖਿਆ ਨਾ ਵੀ ਗੁਰੂ ਨਾਨਕ ਜਦੋਂ ਸੱਚਖੰਡ ਵੀ ਗਏ ਤੋਂ ਵੀ ਕੁਛ ਮੰਗਿਆ, ਬਾਬਾ ਪੈਦਾ ਸੱਚਖੰਡ ਤੇ ਕੀਤਾ ਕਿ ਨੌ ਨਿਦਨਾਮ ਤੇ ਨਾਲ ਗਰੀਬੀ ਪਾਏ, ਕਿਉਂਕਿ ਬਿਨਾਂ ਨਿਮਰਤਾ ਦੇ ਨਾਮ ਵੀ ਨਹੀਂ ਟਿਕਦਾ। ਰੱਖਾਂਗਾ ਕਿੱਥੇ ਹੇ ਮੇਰੇ ਰੱਬ, ਮੈਨੂੰ ਨਾਲ ਬਰਤਨ ਵੀ ਦੇ, ਮੇਰਾ ਨਾਮ ਨਾ ਦੇ, ਨਾਮ ਦੇ ਟਿਕਾਣ ਲਈ ਬਰਤਨ ਵੀ ਦੇ। ਹੋਵੇ ਨਾਵੇ ਦੋਵੇਂ ਨਵਸੇ ਇੱਕ ਥਾਂ, ਇੱਕ ਥਾਂ ਤੇ ਜ਼ਰੂਰੀ ਹੈ, ਨਿਮਰਤਾ ਚਾਹੀਦੀ ਹੈ, ਤਾਂ ਹੀ ਨਾਮ ਟਿਕਣਾ। ਇਸੇ ਲਈ ਕਹਿਣ ਲੱਗੇ ਨੌ ਨਿਤ ਨਾਮ ਗਰੀਬੀ ਪਾਈ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਆ ਕੇ ਨਿਮਰਤਾ ਦੀ ਦਾਤ ਝੋਲੀ ਪਵੇ, ਤਾਂ ਕਿ ਪ੍ਰਭੂ ਵੱਲੋਂ ਗੁਰੂ ਵੱਲੋਂ ਬਖਸ਼ੇ ਹੋਏ ਗੁਣ ਅਸੀਂ ਉਹਦੇ ਵਿੱਚ ਰੱਖ ਕੇ ਆਪਣੇ ਜੀਵਨ ਦੀ ਸਿਹਤ ਬਣਾ ਸਕੀਏ। ਇਹਨਾਂ ਸ਼ਬਦਾਂ ਨਾਲ ਕਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।